ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਉੱਥੇ ਹੀ ਉਹਨਾਂ ਵੱਲੋਂ ਸਾਬਕਾ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਖਿਲਾਫ ਜੰਮ ਕੇ ਭੜਾਸ ਕੱਢੀ ਗਈ। ਨਵਜੋਤ ਕੌਰ ਸਿੱਧੂ ਨੇ ਬਾਦਲ ਦੇ ਖਿਲਾਫ ਬੋਲਦੇ ਹੋਏ ਕਿਹਾ ਕਿ ਜੋ ਸੇਵਾ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਕਰਵਾਉਣ ਲਈ ਬਾਦਲ ਪਰਿਵਾਰ ਤੇ ਅਕਾਲੀ ਦਲ ਪਹੁੰਚਿਆ ਹੈ ਉਹ ਕਦੇ ਵੀ ਪ੍ਰਵਾਨ ਨਹੀਂ ਹੋ ਸਕਦੀ ਤੇ ਕਿਹਾ ਕਿ ਬਾਦਲ ਪਰਿਵਾਰ 10 ਸਾਲ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸੇਵਾ ਕਰੇ ਤਾਂ ਹੀ ਲੋਕ ਉਹਨਾਂ ਨੂੰ ਮਾਫ ਕਰਨਗੇ। ਜੇ ਇਹ ਭੁੱਲਾਂ ਨਹੀਂ ਹੁੰਦੀਆਂ ਉਹਨਾਂ ਨੇ ਪਾਪ ਕੀਤੇ ਆ। ਪਹਿਲਾਂ ਤਾਂ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਪਹਿਲਾਂ ਤਾਂ ਦੱਸਣ ਕਿ ਕਿਹੜੀ ਕਿਹੜੀ ਭੁੱਲ, ਤਾਂ ਕਿ ਲੋਕਾਂ ਨੂੰ ਸਮਝ ਆਵੇ ਵੀ ਜਿਹੜੀ ਵੱਡੀ ਵੱਡੀ ਡਾਇਰੀਆਂ ਤੇ ਲੋਕਾਂ ਦੇ ਮਨ ਚ ਉਹਨਾਂ ਲਈ ਜੋ ਨਫ਼ਰਤ ਹੈ ਉਹ ਕਿਉਂ ਪਈ। ਜੇ ਉਹ ਸਮਝਣ ਤੇ ਉਹਦੀ ਭੁੱਲ ਬਖਸ਼ਾਨ ਤਾਂ ਅਸੀਂ ਮੰਨਾਂਗੇ। ਪਹਿਲਾਂ ਇਹ ਦੱਸਣ, ਪਹਿਲਾਂ ਬੰਦੇ ਬਰਗਾੜੀ ਕਾਂਡ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਤੇ ਤਾਂ ਕੁਛ ਵੀ ਨਹੀਂ ਨਾ, ਉਹਨਾਂ ਦੀ ਬੇਅਦਬੀ ਤੋਂ ਉੱਤੇ ਕੁਛ ਵੀ ਨਹੀਂ, ਉਦੋਂ ਉਹਨਾਂ ਦਾ ਕੀ ਬਿਹੇਵੀਅਰ ਆ। ਜਦੋਂ ਫਾਇਰਿੰਗ ਕਰਕੇ ਸਾਡੇ ਇਨੋਸੈਂਟ ਬੰਦਿਆਂ ਤੇ ਇਨੋਸੈਂਟ ਯੂਥ ਮਾਰੇ, ਇਨੋਸੈਂਟ ਮਾਰੇ, ਉਹਨਾਂ ਦਾ ਕੀ ਕਹੀਏ। ਜਿਹੜਾ ਪੂਰਾ ਪੰਜਾਬ ਦਾ ਯੂਥ ਮਾਰਿਆ ਡਰੱਗਸ ਦੇ ਨਾਲ, ਉਹ ਕੰਟਰੋਲ ਨਹੀਂ ਕਰ ਪਾਏ, ਉਹਦਾ ਕੀ ਕਹੀਏ। ਐਜੂਕੇਸ਼ਨ ਸਿਸਟਮ ਨੂੰ ਉੱਤੇ ਨਹੀਂ ਲਿਆ ਪਾਏ, ਉਹ ਬੱਚਿਆਂ ਨੂੰ ਡਰੱਗਸ ਚ ਪਾਤਾ, ਫ੍ਰੀ ਉਹ ਕਰਤਾ, ਪੰਜਾਬ ਦੇ ਲੋਕਾਂ ਨੂੰ ਲੁੱਟ ਕੇ 7-7 ਸਿਤਾਰੇ ਹੋਟਲ ਬਣਾ ਲਏ। ਤੁਸੀਂ ਜੇ ਪੰਜਾਬ ਇੰਨੇ ਬੁਰੇ ਹਾਲ ਸੀ, ਲੋਕਾਂ ਨੂੰ ਮਜਬੂਰ ਕੀਤਾ, ਗੁੰਡਾ ਰਾਜ ਚਲਾਇਆ, ਡੈਮੋਕ੍ਰੇਸੀ ਨੂੰ ਮਾਰਿਆ, ਡਿਕਟੇਟਰ ਰੂਲ ਬਣਾਇਆ ਕਿ ਇੱਕ ਗੁੰਡਾ ਰਾਜ ਚੱਲਿਆ ਕਿ ਸਾਡੇ ਨਾਲ ਤੁਰੋ, ਜੋ ਮਰਜ਼ੀ ਗਲਤ ਕਰ ਲਓ, ਇਸ ਪੰਜਾਬ ਦੇ ਵਿੱਚ ਜੋ ਬੁਰਾ ਕਰਨਾ ਕਰ ਲਓ, ਲੁੱਟਣਾ ਲੁੱਟ ਲਓ, ਕੁੱਟਣਾ ਕੁੱਟ ਲਓ, ਝੂਠਾ ਪਰਚਾ ਸਾਡੇ ਨਾਲ ਨਹੀਂ ਮੰਨੋਗੇ, ਝੂਠਾ ਪਰਚਾ ਕਿਹੜੀ ਭੁੱਲ, ਇਹ ਪਰਮਾਤਮਾ ਹੀ ਨਹੀਂ ਮਨਜ਼ੂਰ ਕਰ ਰਿਹਾ ਉਹਨਾਂ ਦਾ ਅੰਦਰ ਆਣਾ। ਕੱਲ ਉਹਨਾਂ ਤੋਂ ਮਰਿਆਦਾ ਨਹੀਂ ਨਿਭਾਈ ਗਈ, ਮਤਲਬ ਪਰਮਾਤਮਾ ਨੇ ਵੀ ਮਨਜ਼ੂਰ ਨਹੀਂ ਕੀਤਾ ਕਿ ਉਹਨਾਂ ਦੇ ਨਾਲ ਸਿਕਿਉਰਿਟੀ ਗਾਰਡ ਇੰਨੀ ਦੇਰ ਉਹਨਾਂ ਨੂੰ ਹੋ ਗਈ ਦਰਬਾਰ ਸਾਹਿਬ ਜਾਂਦੇ, ਕਿ ਸਮਝਣੀ ਹੈ ਕਿ ਸਿਕਿਉਰਿਟੀ ਉੱਥੇ ਜੁੱਤੇ ਲੈ ਕੇ ਜਾਂਦੀ ਹੈ। ਤੇ ਮਰਿਆਦਾ ਪਹਿਲਾਂ ਭੁੱਲਾਂ ਲਿਖੋ, ਡਾਇਰੀ ਲਿਖੋ, ਬਾਹਰ ਲਿਖੋ, ਫਿਰ ਦੱਸੋ ਕਿਹੜੀ ਭੁੱਲ। ਇਹ ਤਾਂ ਜਨਮ ਲੱਗ ਜਾਓ, ਫਿਰ ਪੂਰਾ ਜਨਮ ਉੱਥੇ ਸੇਵਾ ਕਰਨ, ਤਾਂ ਮੰਨਿਆ ਵੀ ਕਿਹੜੀ ਕਿਹੜੀ ਭੁੱਲ। ਸੰਗਤ ਜਦੋਂ ਮਾਫ ਕਰੇਗੀ ਪੰਜਾਬ ਦੀ, ਜਿਹੜੇ ਲੋਕਾਂ ਨੂੰ ਇਹਨਾਂ ਨੇ ਤੰਗ ਕੀਤਾ, ਜਿਹੜੇ ਗੁਰਸਿੱਖ ਬੰਦਿਆਂ ਦੇ ਇਹਨਾਂ ਨੇ ਪਰਚੇ ਕਰਾਏ, ਆਮ ਮਾਸੂਮ ਬੰਦਿਆਂ ਦੇ ਪਰਚੇ ਕਰਾਏ, ਲੋਕਾਂ ਦੀਆਂ ਪ੍ਰਾਪਰਟੀਜ਼ ਦਬ ਦਬ ਕੇ ਆਪਣੇ ਸਿਤਾਰੇ ਸਰਕਾਰੀ ਪੈਸਾ ਆਪਣੇ ਪੈਲੇਸਿਸ ਤੇ ਖਰਚਿਆ, ਸੋ ਕਿਹੜੀ ਕਿਹੜੀ ਗੱਲ ਦੀ ਮਾਫ਼ੀ। ਇਹ ਗੱਲਾਂ ਮਾਫ਼ੀ ਯੋਗ ਹੈ ਨੀ, ਉਹ ਦੱਸ ਦੇਣ ਕਿਹੜੀ ਗੱਲ ਦੀ ਮਾਫ਼ੀ ਮੰਗਣ ਆਈ ਹੈ। ਤੇ ਲੋਕਾਂ ਜਦੋਂ ਸਾਰੇ ਲੋਕ ਮੰਨ ਜਾਣਗੇ, ਮੇਰਾ ਇਹੀ ਸਲਾਹ ਹੈ ਕਿ ਉਹ 10 ਸਾਲ ਜੇ ਉਹਨਾਂ ਨੇ ਰੂਲ ਕੀਤਾ, ਘੱਟ ਤੋਂ ਘੱਟ 10 ਸਾਲ ਤੋਂ ਉੱਥੇ ਸੇਵਾ ਕਰਨ, ਸ਼ਾਇਦ ਪੰਜਾਬ ਦੇ ਕਿਸੇ ਇਨਸਾਨ ਨੂੰ ਉਹਨਾਂ ਤੇ ਤਰਸ ਆ ਜਾਏ। ਦੇਖੋ, ਹਰ ਬੰਦੇ ਦਾ ਆਪਣਾ ਹੱਕ ਹੈ ਕਿ ਉਹ ਐਸ ਪੋਲੀਟੀਕਲੀ, ਮੈਂ ਹਮੇਸ਼ਾ ਪੋਲੀਟੀਕਲ ਡੈਮੋਕ੍ਰੇਸੀ ਚ ਬਿਲੀਵ ਕਰਦੀ ਹਾਂ। ਮੈਂ ਕਦੇ ਵੀ ਕਿਸੇ ਨੂੰ ਇਹ ਨਹੀਂ ਕਰਦੀ ਵੀ ਜਸਟ ਬਿਕੋਜ਼ ਉਹ ਤੁਹਾਡਾ ਓਪੋਜੀਸ਼ਨ ਹੈ ਤਾਂ ਤੁਸੀਂ ਉਹਨੂੰ ਗਾਲਾਂ ਕੱਢਣਾ ਸ਼ੁਰੂ ਕਰ ਦਿਓ। ਸੋ ਹਰ ਬੰਦੇ ਨੂੰ ਹੱਕ ਹੈ ਐਸ ਪੋਲੀਟੀਕਲੀ ਕਿ ਕੋਈ ਵੀ ਮੁੱਦਾ ਜਿਹੜਾ ਉਹਨੂੰ ਲੱਗ ਰਿਹਾ ਠੀਕ ਨਹੀਂ ਹੈ ਜਾਂ ਠੀਕ ਹੈ, ਉਹਦੇ ਅਗੇਂਸਟ ਉਹ ਆਪਣਾ ਕੋਈ ਵੋਇਸ ਰੇਜ਼ ਕਰਨਾ ਚਾਹੁੰਦਾ ਹੈ, ਤਾਂ ਹਰ ਬੰਦੇ ਨੂੰ ਹੱਕ ਹੈ।